ਸਾਸਰੀਆ ਕਾਲ ਕਿਸਾਨ ਭਰਾਵੋ ਤੁਹਾਡਾ ਮੇਰੇ ਇਸ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਸਵਾਗਤ ਹੈ। ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਦੇ ਵਿੱਚ ਸੂਫਰ ਜ਼ਿਆਦਾ ਕਾਮਯਾਬਾ ਜਾਂ ਫਿਰ ਡੀਏਪੀ। ਦੋਸਤੋ ਪਹਿਲਾਂ ਗੱਲ ਕਰਦੇ ਹਾਂ ਸੂਫਰ ਬਾਰੇ ਵੀ ਸੂਫਰ ਦੇ ਵਿੱਚ ਕੀ ਕੀ ਆ। ਸੂਫਰ ਜਾਨੀ ਕਿ ਸਿੰਗਲ ਸੂਫਰ ਫਾਸਫੇਟ ਇਸ ਦੇ ਵਿੱਚ ਮਲਟੀ ਨਿਊਟ੍ਰੀਐਂਟ ਫਰਟੀਲਾਈਜ਼ਰ ਕੰਟੈਂਕਟਿੰਗ ਫਾਸਫੋਰਸ 14.5% ਯਾਨੀ ਕਿ ਡੀਏਪ ਵਾਲਾ ਤੱਤ 14.5% ਪਾਇਆ ਜਾਂਦਾ ਵਾ ਤੇ ਪਲੱਸ ਸਲਫਰ 11% ਤੇ ਕੈਲਸ਼ੀਅਮ 21% SSP ਐਂਡ ਅਪਲਾਈ ਐਜ਼ ਅ بیسਲ ਫਰਟੀਲਾਈਜ਼ਰ ਵਿਦ ਅਦਰ ਕੈਮੀਕਲ ਐਂਡ ਆਰਗੈਨਿਕ ਫਰਟੀਲਾਈਜ਼ਰਸ ਯਾਨੀ ਕਿ ਇਹਦੇ ਉੱਪਰ ਜੋ ਤੱਤ ਮੈਂਸ਼ਨ ਨਹੀਂ ਕੀਤੇ ਜਾ ਸਕਦੇ ਆਰਗੈਨਿਕ ਜਿਹੜੇ ਫਰਟੀਲਾਈਜ਼ਰ ਆ ਜਾਂਦੇ ਆ ਆਰਗੈਨਿਕ ਖਾਦਾਂ ਆ ਜਾਂਦੀਆਂ ਉਹਨਾਂ ਦੇ ਤੱਤ ਵੀ ਇਹਦੇ ਵਿੱਚ ਪਾਏ ਜਾਂਦੇ ਆ ਸੋ ਸਫਰ ਇੱਕ ਦੇ ਵਿੱਚ ਯਾਨੀ ਕਿ 4-5 ਤਰ੍ਹਾਂ ਦੇ ਤੱਤ ਪਾਏ ਜਾਂਦੇ ਆ ਤੇ ਜੇ ਗੱਲ DAP ਦੀ ਕਰਗੇ ਤਾਂ DAP ਦੇ ਵਿੱਚ 18% ਨਾਈਟ੍ਰੋਜਨ ਯਾਨੀ ਕਿ ਯੂਰੀਆ ਵਾਲਾ ਤੱਤ ਪਾਇਆ ਜਾਂਦਾ ਤੇ 46% ਫਾਸਫੋਰਸ ਜਾਨੀ ਕਿ ਜਿਹੜਾ ਡੀਏਪੀ ਵਾਲਾ ਮੇਨ ਤੱਤ ਹੁੰਦਾ ਵਾ ਡੀਏਪੀ ਦੇ ਵਿੱਚ 46% ਹੁੰਦਾ ਵਾ ਹੁਣ ਗੱਲ ਕਰਦੇ ਇਹਨਾਂ ਦੋਵਾਂ ਦੇ ਵਿੱਚੋਂ ਪਾਉਣ ਦੇ ਲਈ ਫਾਇਦੇਮੰਦ ਕਿਹੜੀ ਚੀਜ਼ ਆ ਇੱਕ ਗੱਲ ਤੋਂ ਤਾਂ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ ਕਿ ਸਫਰ ਦੇ ਵਿੱਚ ਕਿੰਨੇ ਤੱਤ ਆ ਤੇ ਡੀਏਪੀ ਦੇ ਵਿੱਚ ਕਿੰਨੇ ਤੱਤ ਆ ਜਾਨੀ ਕਿ ਡੀਏਪੀ ਦੇ ਵਿੱਚ ਦੋ ਹੋਗੇ ਤੇ ਸਫਰ ਦੇ ਵਿੱਚ ਚਾਰ ਤੋਂ ਪੰਜ ਤੱਤ ਜੋ ਕੋਜੋ ਦੇ ਉੱਪਰ ਮੈਂਸ਼ਨ ਨਹੀਂ ਕੀਤੇ ਹੁੰਦੇ ਦੋਸਤੋ ਜੇਕਰ ਤੁਸੀਂ ਡੀਏਪੀ ਪਾਉਣੀ ਚਾਹੁੰਦੇ ਆ ਤਾਂ ਜੇਕਰ ਤੁਸੀਂ ਡੀਏਪੀ 30 ਕਿਲੋ ਪਾਉਂਗੇ ਜਾਂ 25 ਕਿਲੋ ਪਾਉਂਗੇ ਪਹਿਲੀ ਤਾਂ ਗੱਲ ਆ ਉਹ ਤੁਹਾਡੇ ਵਾਣ ਦੇ ਵਿੱਚ ਜਿਹੜਾ ਜਲਬਜੀ ਬਣ ਜਾਂਦੀ ਆ ਯਾਨੀ ਕਿ ਤਲਕਣ ਜਾਂ ਬਣ ਜਾਂਦਾ ਉਹ ਬਣੂਗਾ ਡੀਏਪੀ ਦੇ ਨਾਲ ਫਿਰ ਨੰਬਰ 2 ਤੇ ਤੁਹਾਨੂੰ ਮਿਲਣਾ ਇਹਦੇ ਵਿੱਚੋਂ ਕੱਲਾ ਫਾਸਫੋਰਸ ਅਤੇ ਯੂਰੀਆ ਵਾ ਸੋ ਤੁਸੀਂ ਡੀਏਪੀ ਦੀ ਥਾਂ ਤੇ ਜੇਕਰ ਸਫਰ ਦੀ ਵਰਤੋਂ ਕਰਨੀ ਚਾਹੋਗੇ ਤੇ ਜੇਕਰ ਤੁਸੀਂ 30 ਕਿਲੋ ਡੀਏਪੀ ਦੇ ਮੁਕਾਬਲੇ ਦੇ ਵਿੱਚ ਸਫਰ ਪਾਉਣੀ ਚਾਹੁੰਦੇ ਆ ਤਾਂ ਤੁਸੀਂ ਸਫਰ ਪਾਉਣੀ ਆ ਪ੍ਰਤੀ ਏਕੜ 1.5 ਤੋਂ 2 ਗੱਟੇ ਹੁਣ 1.5 ਤੋਂ 2 ਗੱਟੇ ਪੌਣੇ ਸਲਫਰ ਦੇ ਤੇ ਜੇਕਰ 30 ਕਿਲੋ ਡਾਈਨਾ ਕੰਪੈਰੀਸ਼ਨ ਕਰਾਂਗੇ ਦਾ ਤਾਂ ਡਾਈ ਦੇ ਮੁਕਾਬਲੇ ਰੇਟ ਪਰ ਲਗਭਗ ਤੁਹਾਡਾ ਸੇਮ ਹੀ ਚੱਲਿਆ ਜਾਣਾ ਵਾ ਤੇ ਪਰ ਤੁਹਾਨੂੰ ਮਿਲਣੀ ਐਕਸਟਰਾ ਚੀਜ਼ ਜਿਹੜੀ ਇਹਦੇ ਵਿੱਚੋਂ ਫਾਸਫੋਰਸ ਤਾਂ ਤੁਹਾਨੂੰ ਪੂਰਾ ਮਿਲ ਹੀ ਜਾਣਾ ਜਿੰਨਾ ਡੀਪੀ ਦੇ ਅੱਧੇ ਗੱਟੇ ਚ ਤੁਹਾਨੂੰ ਮਿਲਣਾ ਪਲੱਸ ਤੁਹਾਨੂੰ ਸਲਫਰ 11% ਜੋ ਮਿਲਣਾ ਇੱਕ ਗੱਡੇ ਮਗਰ ਦੋ ਗੱਟੇ ਮਗਰ 22% ਤੁਹਾਨੂੰ ਸਲਫਰ ਮਿਲ ਜਾਣਾ 21 guna 42 42% ਤੁਹਾਨੂੰ ਕੈਲਸ਼ੀਅਮ ਮਿਲ ਜਾਣਾ। ਬਾਕੀ ਜਿਹੜੇ ਆਰਗੈਨਿਕ ਫਰਟੀਲਾਈਜ਼ਰ ਬਣਨੇ ਆ ਉਹ ਤੁਹਾਡੇ ਅਲੈਦਾ ਨੇ। ਹੁਣ ਤੁਸੀਂ ਦੇਖੋ ਵੀ ਇੱਕ ਪਾਸੇ ਜੇਕਰ ਕੱਲੀ ਡਾਈ ਕੰਮ ਕਰ ਰਹੀ ਆ ਤਾਂ ਉਸਦੇ ਆਲਟ ਸਾਈਡ ਸਫਰ ਵਿੱਚ ਚਾਰ ਪੰਜ ਤੱਤ ਕੰਮ ਕਰਨਗੇ ਤਾਂ ਤੁਹਾਨੂੰ ਸਫਰ ਪਾਉਣ ਵਿੱਚ ਫਾਇਦਾ ਜਾਂ ਫਿਰ ਡੀਏਪੀ ਵਰਤ ਯਾਨੀ ਕਿ ਸੂਫਰ ਵਿੱਚ ਹੀ ਫਾਇਦਾ ਨਾਲੇ ਜਿਹੜੀ ਸੂਫਰ ਹੈਗੀ ਆ ਖਾਦ ਇਹ ਇੱਕ ਠੰਡਕ ਖਾਦ ਆ ਯਾਨੀ ਕਿ ਗਰਮੀਆਂ ਦੇ ਵਿੱਚ ਜੋ ਹਾਈ ਟੈਂਪਰੇਚਰ ਹੋ ਜਾਂਦਾ ਵਾ ਉਹ ਟੈਂਪਰੇਚਰ ਦਾ ਵੀ ਮੇਨਟੇਨ ਰੱਖਦੀ ਆ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਤੇ ਸਲਫਰ ਆ ਸਲਫਰ ਵਾਲਾ ਜਿਵੇਂ ਪੀ ਐਚ ਲੈਵਲ ਸੈੱਟ ਰੱਖਦਾ ਵਾ ਪਾਣੀ ਦਾ ਪੀ ਐਚ ਲੈਵਲ ਸੈੱਟ ਰੱਖਦਾ ਵਾ ਤੇ ਉਵੇਂ ਫਾਸਫੋਰਸ ਜਿਹੜੀ ਬੂਟੇ ਨੂੰ ਤਾਕਤ ਦਿੰਦੀ ਆ ਤਾਕਤ ਵੀ ਮਿਲ ਗਈ pH 11 ਵੀ ਸੈੱਟ ਹੋ ਜਾਂਦਾ ਤੇ ਠੰਡਕ ਵੀ ਰਹਿਣੀ ਆ ਟੈਂਪਰੇਚਰ ਦਾ ਕੋਈ ਪਤਾ ਨਹੀਂ ਕਦੇ ਵਧਦਾ ਕਦੇ ਘਟਦਾ ਵਾ ਜਿਹੜੀ ਸਫਰ ਆ ਇਹਨੇ ਜਿਹੜਾ ਆਪਣਾ ਕੰਮ ਕਰਨਾ ਇਹਨੇ ਸਟੈਪ ਬਾਈ ਸਟੈਪ ਕੰਮ ਕਰਨਾ ਵਾ ਜਾਨੀ ਕਿ ਧੀਮੀ ਗਤੀ ਦੇ ਵਿੱਚ ਕੰਮ ਕਰਨਾ ਵਾ ਜੋ ਤੁਸੀਂ ਥੱਲੇ ਪਾਤੀ ਬੂਟਾ ਬਨ ਤੱਕ ਨਿਸਰਨ ਤੱਕ ਦਾਣੇ ਝੱਲਣ ਤੱਕ ਸਫਰ ਦਾ ਕੰਮ ਚੱਲਦਾ ਰਹਿੰਦਾ ਤੇ ਜਿਹੜੀ ਡੀਏਪੀ ਆ ਇਹਨੇ ਮੇਨ ਕੱਲਾ ਫਾਸਫੋਰਸ ਦੇਣਾ ਯੂਰੀਆ ਤਾਂ ਆਪਾਂ ਬਸੇਰੀ ਉੱਤੇ ਵੀ ਪਾ ਲੈਣੀ ਆ ਸੋ ਇਕੱਲਾ ਫਾਸਫੋਰਸ ਨਾਲ ਕੰਮ ਨਹੀਂ ਚੱਲਣਾਗਾ ਫਾਸਫੋਰਸ ਨਾਲ ਕਿੱਥੇ ਕੰਮ ਚੱਲ ਜਾਂਦਾ ਉਹ ਫਾਸਫੋਰਸ ਇਕੱਲਾ ਕੰਮ ਕਰ ਜਾਂਦਾ ਵਾ ਸਿਆਲੂ ਫਸਲ ਜਿਵੇਂ ਕਿ ਕਣਕ ਹੋਗੀ ਆਲੂ ਹੋਗੇ ਜਾਂ ਕੋਈ ਹੋਰ ਸਿਆਲਾਂ ਦੀ ਫਸਲ ਆ ਉਹਦੇ ਵਿੱਚ ਡੀਏਪੀ ਜ਼ਰੂਰੀ ਆ ਗਰਮੀਆਂ ਦੀ ਫਸਲ ਦੇ ਵਿੱਚ ਡੀਏਪੀ ਨਹੀਂ ਜ਼ਰੂਰੀ ਡੀਏਪੀ ਦੀ ਗਰਮੈਸ਼ ਹੀ ਇੰਨੀ ਆ ਕਿ ਡੀਏਪੀ ਉਲਟਾ ਨੁਕਸਾਨ ਵਾਲੇ ਪਾਸੇ ਨੂੰ ਹੋ ਜਾਂਦੀ ਆ ਜੇ ਥੋੜੀ ਜਿਹੀ ਜ਼ਿਆਦਾ ਪੈ ਜੇ ਚਲੋ 25 30 ਕਿਲੋ ਦਾ ਤਾਂ ਕੋਈ ਚੱਕਰ ਨਹੀਂ ਜੇਕਰ ਗੱਟਾ-ਗੱਟਾ ਪੈ ਜੇ ਨਾਲੇ ਤਾਂ ਜੇਬ ਦਾ ਨੁਕਸਾਨ ਕਰਾ ਜਾਂਦੀ ਆ ਨਾਲੇ ਅੱਗੇ ਜਾ ਕੇ ਫਸਲ ਦਾ ਵੀ ਨੁਕਸਾਨ ਕਰਾ ਦਿੰਦੀ ਆ ਸੋ ਮੇਰੀ ਐਡਵਾਈਸ ਆ ਵੀ ਤੁਸੀਂ ਡੀਏਪ ਸਿਆਲਾਂ ਦੇ ਵਿੱਚ ਹੀ ਵਰਤਿਆ ਕਰੋ ਜਾਨੀ ਕਿ ਸਿਆਲਾਂ ਵਾਲੀ ਫਸਲ ਦੇ ਵਿੱਚ ਵਰਤਿਆ ਕਰੋ ਜੇਕਰ ਤੁਸੀਂ ਝੋਨੇ ਦੀ ਫਸਲ ਦੇ ਵਿੱਚ ਜਾਂ ਬਾਸਪਤੀ ਦੇ ਵਿੱਚ ਪਾਉਣੀ ਚਾਹੁੰਦੇ ਆ ਤਾਂ ਤੁਸੀਂ ਸਫਰ ਪਾਇਆ ਕਰੋ ਸਫਰ ਦਾ 101% ਰਿਜ਼ਲਟ ਮਿਲੂਗਾ ਤੁਹਾਨੂੰ ਹੁਣ ਇੱਕ ਗੱਲ ਇਹ ਆ ਕਿ ਜਦੋਂ ਕਿਸਾਨ ਸਫਰ ਖਰੀਦਦਾ ਵਾ ਤਾਂ ਸਫਰ ਖਰੀਦਣ ਲੱਗਿਆਂ ਵੀ ਕਨਫਿਊਜ਼ ਹੋ ਜਾਂਦਾ ਵਾ ਸੋ ਕਿਵੇਂ ਵੀ ਇੱਕ ਸੁ퍼 ਬਾਜ਼ਾਰ ਦੇ ਵਿੱਚ ਆ ਰਹੀ ਆ ਸਿੰਗਲ ਸੁ퍼 ਫਾਸਫੇਟ ਯਾਨੀ ਕਿ ਕੱਲੀ ਜਿਹਦੇ ਵਿੱਚ ਸੁ퍼 ਖਾਦ ਹੁੰਦੀ ਆ ਇੱਕ ਸੁ퍼 ਖਾਦ ਆ ਰਹੀ ਆ ਜ਼ਿੰਕਟਡ ਯਾਨੀ ਕਿ ਜਿਹਦੇ ਵਿੱਚ 0.5% ਜ਼ਿੰਕਟਡ ਹੁੰਦੀ ਆ ਯਾਨੀ ਕਿ ਜ਼ਿੰਕ ਹੁੰਦੀ ਆ ਸੋ ਇੱਕ ਆ ਰਹੀ ਆ ਸੁ퍼 ਪਲੱਸ ਜ਼ਿੰਕਟਡ ਪਲੱਸ ਬੋਰਨ ਯਾਨੀ ਕਿ 14.5% ਫਾਸਫੋਰਸ 0.5% ਜ਼ਿੰਕ ਤੇ 0.5% ਬੋਰਨ ਸੋ ਇਹਨਾਂ ਦੇ ਵਿੱਚੋਂ ਜਿਹੜੀ ਤੁਸੀਂ ਮਰਜ਼ੀ ਖਰੀਦ ਸਕਦੇ ਆ ਬਾਕੀ ਤੁਸੀਂ ਕੱਲੇ ਸਿੰਗਲ ਸਫਰ ਫਾਸਫੇਡ ਹੀ ਖਰੀਦੋ ਤੇ ਜਾਦੇ ਵਧੀਆ ਵਾ ਕਿਉਂਕਿ 0.5 ਜਿਹੜੀ ਜ਼ਿੰਕਾ ਨਾ ਤਾਂ ਆਉਣੇ ਜ਼ਿੰਕ ਦੀ ਘਾਟ ਪੂਰੀ ਕਰਨੀ ਆ ਤੇ 0.5 ਜਿਹੜਾ ਬੋਰਨਾ ਨਾ ਆਉਣੇ ਬੋਰਨ ਦੀ ਘਾਟ ਪੂਰੀ ਕਰਨੀ ਆ ਬਲਕਿ ਤੁਹਾਡੇ ਖਰਚੇ ਦੇ ਵਿੱਚ ਕਾਫੀ ਫਰਕ ਪੈ ਜਾਊਗਾ 100 150 ਰੁਪਿਆ ਗੱਟਾ ਤੁਹਾਨੂੰ ਦੂਜਾ ਸਸਤਾ ਮਿਲ ਜਾਊਗਾ ਤੋ ਇੱਥੇ ਥੋੜੀ ਬਚਤ ਹੋ ਸਕਦੀ ਆ ਤੁਸੀਂ ਸਿੰਗਲ ਸੁਫਰ ਹੀ ਕੱਲੀ ਖਰੀਦ ਲਿਆ ਕਰੋ ਕਿਉਂਕਿ ਜ਼ਿੰਕ ਤੇ ਬੋਰਨ ਤੁਹਾਨੂੰ ਵੱਖਰੀ ਪਾਉਣੀ ਪੈਣੀ ਆ ਝੋਨੇ ਦੇ ਵਿੱਚ ਜ਼ਿੰਕ ਦੀ ਆਪਣੇ ਇਧਰ ਇੰਨੀ ਕ ਘਾਟ ਆਉਂਦੀ ਆ ਕਿ ਜ਼ਿੰਕ ਆਪਾਂ ਨੂੰ ਵੱਖਰੀ ਪਾਉਣੀ ਹੀ ਪੈਣੀ ਆ ਜੇ ਗੱਲ ਸੁਫਰ ਪਾਉਣ ਦੇ ਟਾਈਮ ਦੀ ਕਰੀਏ ਕਿ ਸੁਫਰ ਕਦੋਂ ਪਾਉਣੀ ਆ ਤਾਂ ਤੁਸੀਂ ਸਫਰ ਜਦੋਂ ਝੋਨਾ ਚੱਲ ਪਿਆ ਵਾ ਪਹਿਲੀ ਯੂਰੀਆ ਪਾਤੀ ਆ ਤੇ ਉਸ ਤੋਂ ਬਾਅਦ ਵੀ ਸਫਰ ਪਾ ਸਕਦੇ ਆ ਤੇ ਝੋਨਾ ਲਾਉਣ ਤੋਂ ਪਹਿਲਾਂ ਕੱਦੂ ਕਰਨ ਤੋਂ ਪਹਿਲਾਂ ਤੁਸੀਂ ਸਫਰ ਥੱਲੇ ਵੀ ਪਾ ਸਕਦੇ ਆ ਜੇਕਰ ਤੁਸੀਂ ਕੱਦੂ ਕਰਨ ਤੋਂ ਪਹਿਲਾਂ ਪਾਉਣੀ ਆ ਤੇ ਜਦੋਂ ਤੁਸੀਂ ਵਾਹਣ ਬਣਾ ਕੇ ਰੱਖਤਾ ਤਾਂ ਤੁਸੀਂ ਉਦੋਂ ਸਫਰ ਪਾ ਕੇ ਜ਼ਮੀਨ ਨੂੰ ਜ਼ਿਆਦਾ ਵਾਉਣਾ ਨਹੀਂ ਜੇਕਰ ਚੀਕਣੀ ਜ਼ਮੀਨ ਆ ਤਾਂ ਵਾ ਸਕਦੇ ਆ ਜੇਕਰ ਰੇਤਲੀ ਆ ਤਾਂ ਉਹਨੂੰ ਜ਼ਿਆਦਾ ਨਹੀਂ ਵਾਉਣਾ ਪਾਣੀ ਛੱਡ ਕੇ ਕੱਦੂ ਕਰ ਦਿਓ ਕਿ ਤੁਸੀਂ ਸਫਰ ਪਾਉਣ ਲੱਗੇ ਇਹ ਚੀਜ਼ ਦਾ ਧਿਆਨ ਰੱਖਣਾ ਕਿ ਤੁਸੀਂ ਜਿਹੜੀ ਜ਼ਿੰਕ ਪਾਉਣੀ ਆ ਜਾਂ ਕੁਝ ਵੀ ਤੁਸੀਂ ਪਾਉਣਾ ਵਾ ਉਹ ਤੁਸੀਂ ਯੂਰੀਆ ਨਾਲ ਪਾ ਸਕਦੇ ਆ ਜ਼ਿੰਕ ਵਗੈਰਾ ਸਫਰ ਦੇ ਵਿੱਚ ਤੁਸੀਂ ਕੋਈ ਜ਼ਿੰਕ ਵਗੈਰਾ ਨਹੀਂ ਰਲਾਉਣੀ ਸਫਰ ਦਾ ਕੱਲੀ ਦਾ ਛੱਟਾ ਦੇਣਾ ਜੇਕਰ ਤੁਸੀਂ ਯੂਰੀਆ ਦੇ ਨਾਲ ਰਲਾ ਕੇ ਜ਼ਿੰਕ ਪਾਈ ਆ ਤਾਂ ਉਸ ਤੋਂ ਤੁਸੀਂ 5 ਜਾਂ 6 ਦਿਨ ਦਾ ਵਕਵਾ ਪਾ ਕੇ ਸਫਰ ਪਾ ਸਕਦੇ ਆ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਬਾਕੀ ਮਿਲਦੇ ਹਾਂ ਅੱਗੇ ਨਵੀਂ-ਨਵੀਂ ਵੀਡੀਓ ਲੈ ਕੇ ਨਵੀਆਂ-ਨਵੀਆਂ ਜਾਣਕਾਰੀਆਂ ਨਵੀਆਂ-ਨਵੀਆਂ ਫਸਲਾਂ ਬਾਰੇ ਧੰਨਵਾਦ